ਦੋਸਤੋ ਆਪਾਂ ਖੜੇ ਆ ਰੋਜ਼ ਗਾਰਡਨ ਦੇ ਗੇਟ ਦੇ ਉੱਤੇ ਤੇ ਇੱਥੇ ਇੱਕ ਬਾਬਾ ਜਿਹੜਾ ਹੈਗਾ ਉਹ ਬੀਟ ਗ੍ਰਾਸ ਦਾ ਜੂਸ ਬਣਾ ਰਿਹਾ ਤੇ ਆ ਜਾਓ ਆਪਾਂ ਬਾਬੇ ਹੋਰਾਂ ਦੇ ਨਾਲ ਵੀ ਕਰਦੇ ਆ ਗੱਲਬਾਤ। ਸਤਿ ਸ੍ਰੀ ਅਕਾਲ ਬਾਬਾ ਜੀ। ਸਤਿ ਸ੍ਰੀ ਅਕਾਲ ਜੀ। ਕੀ ਨਾਂ ਕੀ ਬਾਬਾ ਜੀ ਆਪਣਾ? ਅਜਮੇਰ ਸਿੰਘ ਜੀ। ਅੱਛਾ ਇਹ ਕੀ ਕਰੀ ਜਾਂਦੇ ਫਿਰ? ਇਹ ਬੀਟ ਗ੍ਰਾਸ ਹੈ ਕਣਕ ਦਾ ਜੂਸ। ਅੱਛਾ ਅੱਛਾ ਤੇ ਇਹ ਕਿੱਥੋਂ ਆਇਆ ਆਈਡੀਆ ਤੁਹਾਡੇ ਕੋਲੇ ਫਿਰ? ਇਹ ਸਾਡੇ ਕੋਲੇ ਆਇਆ ਸੀਗਾ ਜੀ, ਕਈ ਸਾਲ ਹੋ ਗਏ ਡਾਕਟਰ ਧਾਲੀ ਵਾਲੇ ਇੰਗਲੈਂਡ ਤੋਂ ਆਏ ਸੀਗੇ। ਅੱਛਾ ਉਹਨਾਂ ਨੇ ਜਿਹੜਾ ਖੋਜ ਕਰੀ ਵੀ ਸੀ ਉਹਨਾਂ ਤੋਂ ਸ਼ੁਰੂ ਕਰਿਆ। ਅੱਛਾ ਅੱਛਾ ਠੀਕ ਆ। ਉਹ ਤੋਂ ਬਾਅਦ ਸ਼ੁਰੂ ਕਰਦਾ ਸੀ ਕੰਮ? ਉਹ ਸ਼ੁਰੂ ਕਰਤਾ। ਹਾਂਜੀ 4 ਸਾਲ ਹੋ ਗਏ ਸਾਨੂੰ ਗੇਟ। 4 ਸਾਲ ਹੋ ਗਏ? ਹਾਂਜੀ ਠੀਕ ਹੈ। 4 ਸਾਲਾਂ ਤੋਂ ਇਹ ਇੱਥੇ ਕਰ ਰਹੇ ਹੋ? ਹਾਂਜੀ। ਤਾਂ ਫਿਰ ਕਿੰਨੇ ਕੁ ਲੋਕ ਆ ਜਾਂਦੇ ਇੱਥੇ? ਇੱਥੇ 30-35 ਲੋਕ ਆ ਜਾਂਦੇ। 30-35 ਰੋਜ਼? ਹਾਂ ਪਹਿਲਾਂ ਤਾਂ ਬਾਹਲੇ ਆਉਂਦੇ ਸੀ, ਲੋਕਡਾਊਨ ਤੋਂ ਪਹਿਲਾਂ ਤਾਂ 100-100 ਬੰਦਾ ਸਵਾ ਸਵਾ। ਅੱਛਾ ਓਕੇ ਓਕੇ ਠੀਕ ਹੈ। ਤਾਂ ਅੱਛਾ ਇਸ ਤਰ੍ਹਾਂ ਪਹਿਲਾਂ ਕੁੱਟਦੇ ਹੋ ਤੁਸੀਂ ਫਿਰ ਉਹਨੂੰ? ਤੇ ਬਸ ਧੋ ਕੇ ਵੱਢ ਕੇ। ਅੱਛਾ ਧੋ ਕੇ ਵੱਢ ਲੈਨੇ ਕਣਕ ਤੋਂ ਟ੍ਰੇਸ ਲਾਈ ਵੀ ਹੈ ਜਿਹੜੀ। ਅੱਛਾ ਪਹਿਲਾਂ ਉਹ ਟ੍ਰੇਆਂ ਦੇ ਵਿੱਚ ਬੀਜ ਉਪਰ? ਟ੍ਰੇਆਂ 'ਚ ਬੀਜੀ ਵੀ ਅੰਦਰ ਨਹੀਂ, ਧੁੱਪ ਨਹੀਂ ਲੱਗਣ ਦੇਣੀ ਹੁੰਦੀ। ਅੱਛਾ ਛਾਵੇਂ ਰੱਖਣੀ ਹੁੰਦੀ ਹੈ, ਇਹਨੂੰ ਧੁੱਪ ਨਹੀਂ ਲੱਗਣ ਦੇਣੀ ਹੁੰਦੀ। ਅੱਛਾ ਧੁੱਪ ਨਹੀਂ ਲੱਗਣ ਦੇਣੀ ਨਾ, ਛਾਵੇਂ ਅੰਦਰ ਲਾਉਣੀ ਹੁੰਦੀ ਹੈ ਜੀ। ਅੱਛਾ ਉਸ ਤੋਂ ਬਾਅਦ ਇਹਨੂੰ ਧੋਣੇ ਉਪਰ? ਇਧਰ ਇਹਨੂੰ ਧੋਤੀ ਵੀ ਹੈ ਜੀ। ਹਾਂ ਇਹ ਧੋ ਲਓ ਨਾ, ਤੇ ਇੱਥੋਂ ਫਿਰ ਉਹ ਕੱਟ ਕੇ ਬਸ ਰੋਟੀ ਦੀ ਜੋੜ ਕੇ ਦੂਸ ਦੇ। ਕਿੰਨਾ ਘੁੱਟਣਾ ਪੈਂਦਾ ਇਹਨੂੰ? ਬਸ ਜੀ ਇੰਨਾ ਮਰੀ। ਬਸ ਤਿਆਰ ਹੈ ਹੁਣ? ਹਾਂ ਤਿਆਰ ਹੈ ਜੀ। ਹੁਣ ਇਹਨੂੰ ਐਸੇ ਉਡਾ ਰੱਖੋ। ਹਾਂਜੀ ਆ ਪੁੱਛਿਆ ਗਿਆ ਹੁਣ। ਠੀਕ ਹੈ ਠੀਕ ਹੈ। ਇਹਨੂੰ ਆ ਰਮਾਲ ਲਈ ਵੀ ਹੈ, ਰਮਾਲ ਮੋਟਾ ਕਰਾ। ਅੱਛਾ ਠੀਕ ਹੈ। ਇਹ ਸਿਆਣਾ ਬਣਾ ਬੰਦਾ ਐਸੇ ਉਡਾ ਹੀ ਕਰਦਾ। ਮਾਲ ਮਾਲ ਦੀ ਪਲੇਟ ਨੂੰ ਕਰਨ ਜਮਾਨ ਕੋ ਟਕ ਗਈ। ਹਾਂ ਜੀ ਸੋ ਲਈ। ਨਾਲੇ ਕਾਫੀ ਖਰਾਬ ਹੋ ਗਿਆ। ਅੱਛਾ ਇਹ ਕੱਢ ਲਿਆ ਤੇ ਫਿਰ ਇਹ ਇਸ ਤੋਂ ਬਾਅਦ ਨਾਪ ਹੈ ਜੀ? ਇਹ ਨਾਪ ਹੈ 60 ml ਹੀ ਲੈਣਾ ਹੁੰਦਾ ਹੈਗਾ। ਹਾਂ ਇੱਕ ਬੰਦੇ ਨੂੰ 60 ml ਹੀ ਦੇਣਾ। 60 ml ਦੇਣਾ ਹੁੰਦਾ ਹੈ। ਡਾਕਟਰ ਸੋਹਣ ਵਾਲਾ ਗਰੋਵਰ ਅੱਗੇ 80 ਸਾਲ ਦੇ ਦੋਨੇ ਜੀ ਜਦੋਂ ਵੀ ਆਉਣ ਉਹਨਾਂ ਨੇ ਪੀਣਾ ਹੀ ਪੀਣਾ ਹੈ ਜੀ। ਇੱਥੇ ਰੋਜ਼ ਆਉਣ ਉਹਨਾਂ ਨੇ ਪੀਣਾ ਹੀ ਪੀਣਾ ਹੈ। ਦੂਰਨੇ ਦਾ ਪੀਣੇ ਪੀਣੇ ਡਾਕਟਰ ਵੀ ਪੀ ਕੇ ਜਾਂਦੇ ਬਹੁਤ ਵੀ। ਅੱਜ ਆਪਾਂ ਇੱਕ ਟ੍ਰੇ ਦੀ ਗੱਲ ਕਰੀਏ ਤਾਂ ਇੱਕ ਟ੍ਰੇ ਦੇ ਵਿੱਚੋਂ ਕਿੰਨਾ ਨਿਕਲ ਜਾਂਦਾ? ਇੱਕ ਟ੍ਰੇ 'ਚੋਂ 5-6-7 ਗਲਾਸ। ਇੱਕ ਟ੍ਰੇ 'ਚੋਂ 6-7 ਗਲਾਸ ਨਿਕਲਦੇ। ਓਕੇ ਠੀਕ ਹੈ ਜੀ। ਡੇਲੀ ਫਿਰ ਤੁਹਾਡੀਆਂ 5-7 ਟ੍ਰੇਆਂ ਲੱਗ ਜਾਂਦੀਆਂ? 5-6 ਟ੍ਰੇਆਂ ਲੱਗ ਜਾਂਦੀਆਂ ਜੀ ਡੇਲੀ। ਮੈਂ 5 ਟ੍ਰੇਆਂ ਵੱਢ ਕੇ ਲਿਆਉਂਦਾ ਇੱਕ ਨਾਲ ਜਿਹਾ। ਗੱਡੀ 'ਚ ਟਿਕਦੀਆਂ ਨਹੀਂ ਸਾਰੀ। ਹਾਂ ਠੀਕ ਹੈ। ਗੱਡੀ ਟਿਕਦੀਆਂ ਨੇ ਦੋਸਤੋ। ਇਹ ਹੈ ਬਾਬਾ ਅਜਮੇਰ ਸਿੰਘ ਹੈ ਜਿਹੜਾ ਬਠਿੰਡਾ ਦੇ ਰੋਜ਼ ਗਾਰਡਨ ਦੇ ਗੇਟ ਦੇ ਉੱਤੇ ਬੀਟ ਗ੍ਰਾਸ ਜੂਸ ਜਿਹਨੂੰ ਆਪਾਂ ਕਹਿੰਦੇ ਕਣਕ ਦਾ ਜੂਸ ਜਿਹੜਾ ਹੈਗਾ ਉਹ ਕੱਢਦਾ ਅਤੇ ਕਾਫੀ ਬਿਮਾਰੀਆਂ ਵਾਸਤੇ ਤਾਂ ਇਹ ਫਾਇਦੇਮੰਦ ਆ, ਉਹ ਸਿਹਤ ਵਾਸਤੇ ਵੀ ਵਧੀਆ, ਔਰ ਜਿਹੜਾ ਕਹਿੰਦੇ ਪੀਂਦਾ ਉਹਦਾ ਰੰਗ ਵੀ ਲਾਲ ਰਹਿੰਦਾ। ਖੇਤੀਬਾੜੀ ਜੂਨੀ ਪ੍ਰੈਕਚਰ ਪਿੰਡ ਹੈ ਜੀ। ਹਾਂਜੀ ਖੇਤੀਬਾੜੀ ਜੂਨੀ ਪ੍ਰੈਕਚਰ ਪਿੰਡ ਹੋਇਆ। ਹਾਂ ਬਿਲਕੁਲ। ਵੀਡੀਓ ਹੀ